ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਸੱਚ ਐਨੀਮਲ ਟੀਵੀ ਅਤੇ ਮੈਂ ਤੁਹਾਡਾ ਵੀਰ ਆਰਫ ਚੱਦੜ। ਲੋਕ ਜੀ, ਜਿਹੜੇ ਮੇਰੇ ਦੋਸਤ ਅੱਜ ਵੀਡੀਓ 'ਤੇ ਆ ਗਏ ਨੇ, ਵੀਡੀਓ ਨੂੰ ਛੱਡ ਕੇ ਨਹੀਂ ਜਾਣਾ। ਅੱਜ ਅਸੀਂ ਆਪਣੇ ਯਾਰਾਂ ਵਾਸਤੇ ਬੜੀ ਲਾਜਵਾਬ ਅਤੇ ਕਨਮੋਲ ਵੀਡੀਓ ਲੈ ਕੇ ਆਏ ਹਾਂ। ਇਸ ਸੂਰਤ ਦੇ ਵਿੱਚ ਕਿ ਅੱਜ ਇੱਕ ਅਜੂਬਾ ਗਾ ਲੈ ਕੇ ਆਏ ਹਾਂ, ਫਰੀਜ਼ਨ ਅਤੇ ਚੁਲਸਤਾਨ ਕਰਾਸ ਅਤੇ ਜਨਾਬ ਉਹਦੇ ਥੱਲੇ ਆਪ ਖੁਦ ਬੜੀ ਲਾਜਵਾਬ ਅਤੇ ਥੱਲੇ ਦੋ ਵੱਛੀਆਂ ਨੇ ਮਾਸ਼ਾਅੱਲਾ, ਇੱਕ ਬਲੈਕ ਕਲਰ ਦੀ ਏ ਅਤੇ ਇੱਕ ਡੱਬੇ ਕਲਰ ਦੀ ਏ। ਕੱਲ੍ਹ ਜਨਾਬ ਇਹਨਾਂ ਨੇ ਦੋਵੇਂ ਵੱਛੀਆਂ ਡਿਲੀਵਰ ਕੀਤੀਆਂ ਗਾਏ ਨੇ, ਤੁਹਾਨੂੰ ਅਜੂਬਾ ਗਾਂ ਵੀ ਇਨਸ਼ਾਅੱਲਾ ਦਿਖਾਵਾਂਗੇ। ਅਤੇ ਬੇਲੀ ਬੜੇ ਕਹਿੰਦੇ ਸੀ ਯਾਰ ਕਿ ਘਰ ਦੀ ਗਾਂ ਹੋਵੇ, ਕੋਈ ਰਾਖੂ ਗਾਂ ਹੋਵੇ, ਅਤੇ ਅੱਜ ਰਾਖੂ ਬੰਦੇ ਕੋਲ ਆਏ ਹਾਂ। ਗਾਂ ਵੀ ਬੜੀ ਲਾਜਵਾਬ, ਜਾਨਵਰ ਵੀ ਬੜਾ, ਅਤੇ ਤੁਹਾਨੂੰ ਇਸ ਗੱਲ ਦਾ ਵੀ ਪਤਾ ਕਿ ਸੱਚ ਐਨੀਮਲ ਟੀਵੀ 'ਤੇ ਹਮੇਸ਼ਾ ਸਾਫ਼ ਸੁਥਰੇ ਸੁੱਚੇ ਅਤੇ ਖਰੇ ਜਾਨਵਰ ਲਾਉਣੇ ਆ। ਵਾਹਲ ਚੈਨਲ ਹੈ ਪਾਕਿਸਤਾਨ ਦਾ, ਜਿਹੜਾ ਔਨਲਾਈਨ ਜਾਨਵਰ ਦੀ ਗਰੰਟੀ ਅਤੇ ਵਾਰੰਟੀ ਦੇ ਨਾਲ ਸੇਲ ਕਰਦਾ। ਜਿਹੜੇ ਮੇਰੇ ਬੇਲੀ ਨਵੇਂ ਆਏ ਨੇ ਵੀਡੀਓ 'ਤੇ, ਉਹਨਾਂ ਅੱਗੇ ਸਾਡੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਘੰਟੀ ਦਾ ਨਿਸ਼ਾਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਵੀਡੀਓ ਇਨ ਟਾਈਮ ਟੂ ਤੱਕ ਪਹੁੰਚੇ। ਅਤੇ ਹੁਣ ਤੁਹਾਨੂੰ ਜਨਾਬ ਦਿਖਾਉਣੇ ਆ, ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਜਨਾਬ ਖਤਮ ਕਰਨੇ। ਲਓ ਜੀ, ਮਾਸ਼ਾਅੱਲਾ ਅਤੇ ਸੁਬਹਾਨ ਅੱਲਾ ਦੇ ਕਮੈਂਟਸ ਜਿਹੜੇ ਨੇ ਅੱਜ ਮੇਰੇ ਬੇਲੀਆਂ ਦੇ ਜ਼ਰੂਰ ਆਉਣੇ ਚਾਹੀਦੇ ਨੇ। ਬੜੀ ਹੀ ਲਾਜਵਾਬ ਗਾਂ ਅਤੇ ਬੜਾ ਹੀ ਲਾਜਵਾਬ ਆਰਡਰ ਹੈ ਜਿਹੜਾ, ਉਹਦੇ ਤੋਂ ਅਸੀਂ ਸਟਾਰਟ ਕਰਨੇ ਹਾਂ, ਕਿਉਂਕਿ ਬੇਲੀਆਂ ਦੀ ਇਹ ਹੀ ਖਾਹਿਸ਼ ਹੁੰਦੀ ਕਿ ਗਾਂ ਯਾਰ ਇੱਥੇ ਆਸਤਾ ਆਸਤਾ ਬਾਈ। ਲਓ ਜੀ, ਸਾਈਡ ਤੋਂ ਵੀ ਖਿਲਾਰੋ ਇਹਨੂੰ ਮਾੜਾ ਜਿਹਾ, ਸਾਈਡ ਤੋਂ ਵੀ ਜਨਾਬ ਪੂਰੀ ਮੁਕੰਮਲ ਤੁਹਾਨੂੰ ਦੱਸ ਦਿਆਂਗੇ। ਕਿਆ ਬਾਤ ਹੈ ਜੀ, ਸਿਆਹ ਬਲੈਕ ਕਲਰ ਦੇ ਵਿੱਚ, ਡਾਰਕ ਬਰਾਊਨ ਕਲਰ ਦੇ ਵਿੱਚ ਮਲਬੂਸ ਹੈ। ਬੜਾ ਤੂੰ ਫੜ ਯਾਰ ਗਾਂ, ਗਾਂ ਥੋੜ੍ਹੀ ਜਿਹੀ ਜਨਾਬ ਕਾਹਲੀ ਪੈਂਦੀ ਬੱਚਾ ਧਿਆਨ ਦੀ, ਅਸੀਂ ਕਹਿੰਦੇ ਹਾਂ ਵੀ ਥੋੜ੍ਹਾ ਜਿਹਾ ਬੇਲੀਆਂ ਨੂੰ ਤਾਰਫ ਦੇਈਏ, ਉਸ ਤੋਂ ਬਾਅਦ ਇਸ ਲੈ ਚੱਲ ਲੈ ਚੱਲ ਲੋ ਜੀ, ਡਾਰਕ ਬਰਾਊਨ ਕਲਰ ਦੇ ਵਿੱਚ ਹੋਰ ਹੈਗਾ, ਲੈ ਚੱਲ ਚੱਲ ਇੱਥੇ ਖਿਲਾਰ ਸੁ। ਲਓ ਜੀ ਮਾਸ਼ਾਅੱਲਾ ਡਾਰਕ ਬਰਾਊਨ ਕਲਰ ਦੇ ਵਿੱਚ ਮੌਜੂਦ ਹੈ ਗਾਂ ਦੇ ਵਿੱਚ ਸਾਰੀਆਂ ਕੁਆਲਿਟੀਆਂ। ਆਰਡਰ ਤਕਰੀਬਨ ਇਮਾਨਦਾਰੀ ਦੀ ਗੱਲ ਆ ਕਿ ਮੈਂ ਜਿੰਨੀਆਂ ਵੀਡੀਓ ਲਾਈਆਂ ਨੇ, ਇਹ ਆਰਡਰ ਜਿਹੜਾ ਨਾ ਉਹ ਬੜੇ ਦਿਨਾਂ ਬਾਅਦ ਅੱਜ ਵੀਡੀਓ ਦੇ ਵਿੱਚ ਅਸੀਂ ਕੈਪਚਰ ਕਰਦੇ ਪਏ। ਕਿਆ ਬਾਤ ਹੈ ਜੀ, ਮੁੱਠ ਮੁੱਠ ਦਾ ਥਣ ਅਤੇ ਅੱਗੇ ਪਿੱਛੇ ਜਨਾਬ ਬੜਾ ਹੀ ਲਾਜਵਾਬ ਆਰਡਰ ਲੱਗਾ ਗਾਂ ਨੂੰ। ਫਿਰ ਆਰਡਰ ਦੀ ਕੁਆਲਿਟੀ ਵੇਖ ਲੈਣੀ ਮੇਰੇ ਬਿੱਲੀਆਂ ਨੇ, ਮੁੱਠ ਮੁੱਠ ਦਾ ਥਣ ਹੈ, ਸਿਆਹ ਬਲੈਕ ਪੱਕਾ, ਜਿਹੜਾ ਅਗਰ ਗਾਂ 20 ਸੁਬਹ ਵੀ ਡਿਲੀਵਰ ਕਰੇ ਤਾਂ ਇਹ ਖਰਾਬ ਹੋਣ ਵਾਲਾ ਨਹੀਂ ਹੁੰਦਾ। ਚੱਲ ਲੰਮਾ ਟੋਰ ਕੇ ਦਿਖਾ ਵੇ, ਇਹਦੇ ਥੱਲੇ ਦੋ ਵੱਛੀਆਂ ਵੀ ਨੇ, ਤੁਹਾਨੂੰ ਉਹ ਵੀ ਦਿਖਾਉਣੀਆਂ ਨੇ, ਅਤੇ ਰਾਖੂ ਗਾਂ ਹੈ ਪਲੱਸ। ਲਓ ਜੀ, ਗਾਂ ਦੇ ਕੋਲ ਵੇਲ ਚੈੱਕ ਕਰ ਲੈਣੀ ਅਤੇ ਹਾਈਟ ਚੈੱਕ ਕਰ ਲੈਣੀ, ਕਲਰ ਦੇ ਵਿੱਚ ਜਿਹੜਾ ਅਟਰੈਕਸ਼ਨ ਹੈ ਮਾਸ਼ਾਅੱਲਾ, ਬੜਾ ਪਿਆਰਾ ਟੋਰੀਲ ਚੱਲ ਪਈ। ਲਓ ਜੀ, ਕੋਸ਼ਿਸ਼ ਕਰਾਂਗੇ ਕਿ ਬੇਲੀਆਂ ਨੂੰ ਮੁਕੰਮਲ ਸਲੀ ਕਰਵਾਈਏ। ਲਓ ਜੀ, ਸਾਰੀਆਂ ਤਸੱਲੀਆਂ ਬੇਲੀਆਂ ਦੀਆਂ, ਟੁਰ ਚੱਲ ਪਈ। ਮਾਸ਼ਾਅੱਲਾ ਜੀ, ਕਿਆ ਬਾਤ ਹੈ, ਆਰਡਰ ਦੇ ਉੱਤੇ ਵੇਣ ਵੀ ਨੇ, ਟੁਰ ਲੰਮਾ ਟੁਰ ਕੇ ਵਿਖਾ ਵੀ ਬੇਲੀਆਂ ਨੂੰ, ਗਾਂ ਟੁਰਦੀ ਦਿਸੇ। ਲਓ ਜੀ, ਕਿਆ ਬਾਤ ਹੈ, ਬੱਚਿਆਂ ਪਰ ਥੋੜ੍ਹਾ ਜਿਹਾ ਛੱਡ ਕੇ ਨਹੀਂ ਜਾ ਰਹੀ ਗਾਂ, ਟੁਰ ਵੀ ਟੁਰ ਟੁਰ ਲੰਮਾ ਟੁਰ, ਲੈ ਚੱਲ ਲੈ ਚੱਲ। ਇਹਨੂੰ ਮੈਂ ਬੋਲਾਂਗਾ ਵੀ ਮੱਝ ਦੀ ਮੱਝ ਹੈ ਅਤੇ ਗਾਂ ਦੀ ਗਾਂ, ਇਹਨੇ ਗਰਮੀ ਸਰਦੀ ਵੀ ਬਰਦਾਸ਼ਤ ਕਰਨ ਵਾਲੀ ਹੈ। ਚੱਲ ਲਾਇਆ ਵੇ, ਬਣ ਤੋਂ ਲਾਇਆ, ਬੱਚਿਓ ਤੋਂ ਲਾਇਆ, ਬੱਚੇ ਪਰ ਗਾਂ ਜਨਾਬ ਕਾਹਲੀ ਪੈਂਦੀ ਪਈ। ਕੋਸ਼ਿਸ਼ ਅਸੀਂ ਕੀਤੀ ਹੈ ਕਿ ਬੇਲੀਆਂ ਨੂੰ ਮੁਕੰਮਲ ਜਿਹੜਾ ਉਹ ਗਾਂ ਦਿਖਾਈਏ। ਇਹ ਫੇਸ ਕੁਆਲਿਟੀ ਹੈ, ਕਿਸਮਾਂ ਸੁਬਹਾ ਭਾਈ ਖਾਦਮ ਦੂਸਰਾ। ਲਓ ਜੀ, ਹੁਣ ਤੁਹਾਨੂੰ ਦਿਖਾਉਣੇ ਆ ਜਨਾਬ ਜਿਹੜੀਆਂ ਇਹਨੇ ਦੋ ਦਿੱਤੀਆਂ ਨੇ ਵੱਛੀਆਂ, ਆਹ ਜਨਾਬ ਬਲੈਕ ਕਲਰ ਦੀ ਬੜੀ ਖੂਬਸੂਰਤ ਮਾਂ ਰੰਗੀ ਵੱਛੀ ਹੈ, ਕਲਰ ਤੁਸੀਂ ਵੇਖ ਲੈਣਾ, ਬੜੀਆਂ ਹੀ ਮਾਸੂਮ ਅਤੇ
ਬੜੀਆਂ ਕਿਊਟ ਨੇ ਜਨਾਬ, ਬੜੀਆਂ ਖੂਬਸੂਰਤ ਦੋਵੇਂ ਮੱਛੀਆਂ। ਇਹ ਬਲੈਕ ਹੈ ਅਤੇ ਇਹ ਜਨਾਬ ਡੱਬੇ ਕਲਰ ਦੀ। ਕੱਲ੍ਹ ਗਾਂ ਸੂਈ ਹੈ, ਇਹ ਕੱਚਾ ਨਾੜਵਾ, ਇਹ ਬੰਨਿਆ ਬੇਲੀਆਂ ਨੇ। ਇਹ ਫਿਰ ਦੇਸੀ ਬੰਦੇ ਨੇ, ਉਹਨਾਂ ਨੇ ਆਪਦੇ ਰਿਗਾਰਡ ਪੂਰੇ ਲਾਏ ਨੇ। ਬੜੀਆਂ ਹੀ ਖੂਬਸੂਰਤ ਦੋਵੇਂ ਮੱਛੀਆਂ, ਮੁਕੰਮਲ ਟਰਾ ਕੇ ਕੈਮਰਾ ਘੁਮਾ ਕੇ ਬੇਲੀਆਂ ਨੂੰ ਵਿਖਾ ਦਿੰਦੇ, ਮੁਕੰਮਲ ਸਲੀਆਂ ਹੋ ਜਾਣ। ਇਹ ਬੇਲੀ ਕਹਿੰਦੇ ਸੀ ਯਾਰ ਕੋਈ ਵੱਛੀ ਵਾਲੀ ਗਾਂ ਹੋਵੇ, ਅਤੇ ਅੱਜ ਵੱਛੀਆਂ ਵਾਲੀ ਗਾਂ ਲੈ ਕੇ ਆਏ ਬੇਲੀਆਂ ਵਾਸਤੇ। ਬਿਲਕੁਲ ਇੱਕ ਅਜੂਬਾ, ਬਹੁਤ ਘੱਟ ਰੇਅਰ ਚਾਂਸ ਹੁੰਦਾ। ਲਓ ਜੀ ਦੋ ਵੱਛੀਆਂ, ਮਾਸ਼ਾਅੱਲਾ ਜੀ, ਬੜੀ ਗੱਲ ਹੈ। ਅਤੇ ਇਹ ਜਨਾਬ ਉਹਨਾਂ ਦੀ ਮਾਂ ਹੈ ਜਿਹਨੇ ਇਹਨਾਂ ਦੋ ਬੱਚਿਆਂ ਨੂੰ ਜਨਮ ਦਿੱਤਾ। ਬੜੀ ਪਿਆਰੀ ਫਰੀਜ਼ਨ ਅਤੇ ਚੁਲਸਤਾਨ ਦਾ ਕਰਾਸ ਜਾਨਵਰ, ਜਿਹੜੇ ਬੇਲੀ ਕਹਿੰਦੇ ਨੇ ਵੀ ਕਰਾਸ ਵੀ ਹੋਵੇ ਅਤੇ ਫਿਰ ਕਲਾਸ ਵੀ ਹੋਵੇ, ਉਹ ਇਹ ਜਾਨਵਰ ਜਨਾਬ। ਲਓ ਜੀ ਮੁਕੰਮਲ ਸਲੀਆਂ, ਬਾਰ ਬਾਰ ਦੂਰ ਜਾ ਕੇ ਵੀ ਨੇੜੇ ਜਾ ਕੇ ਵੀ, ਸਾਰੀਆਂ ਸਲੀਆਂ ਕਰਾਉਣ ਦਾ ਮਕਸਦ ਇਹ ਹੀ ਹੈ ਕਿ ਬੇਲੀਆਂ ਦੀ ਮੁਕੰਮਲ ਸਲੀ ਹੋ ਜਾ। ਜੇਰ ਦੀ ਵੀਡੀਓ ਵੀ ਹੈਗੀ ਸਾਡੇ ਕੋਲ, ਜੇ ਕੋਈ ਬੰਦਾ ਪੁੱਛੇ। ਇਹ ਦੇਖੋ ਜੀ, ਇਹ ਵੱਛੀ ਅਤੇ ਇਹ ਵੱਛੀ, ਦੋਵੇਂ ਹੀ ਭੈਣਾਂ ਜਨਾਬ, ਬੜੀਆਂ ਖੂਬਸੂਰਤ, ਲਾਜਵਾਬ। ਹਾਂਜੀ ਹਾਂਜੀ, ਲਾਜਵਾਬ। ਅਤੇ ਗਾਂ ਵੀ ਬੜੀ ਮਾਸ਼ਾਅੱਲਾ, ਸਾਰੀਆਂ ਕੁਆਲਿਟੀਆਂ ਗਾਂ ਦੇ ਕੋਲ ਮੌਜੂਦ ਨੇ। ਲਓ ਜੀ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੁੜਵਾਂ ਬੱਚੇ ਨੇ ਦੋਵੇਂ ਵੱਛੀਆਂ ਅਤੇ ਟੋਰ ਕੇ ਦਿਖਾ ਰਹੇ ਹਾਂ ਤਾਂ ਕਿ ਦੋਵੇਂ ਹੀ ਤੰਦਰੁਸਤ ਨੇ। ਬੜੀ ਗੱਲ ਹੈ, ਦੋਵੇਂ ਵੱਛੀਆਂ ਬੜੀਆਂ ਹੀ ਤੰਦਰੁਸਤ, ਬੜੀਆਂ ਖੂਬਸੂਰਤ ਨੇ। ਇੱਕ ਬੱਚਾ ਜਿਹੜਾ ਹੁੰਦਾ ਉਹਦੇ ਨਾਲੋਂ ਵੀ ਇੱਕ ਵੱਛੀ ਜਿਹੜੀ ਹੈ ਉਹ ਤੰਦਰੁਸਤ ਹੈ। ਬਾਅਦ ਬੱਚੇ ਇਹ ਜਿਹੇ ਹੁੰਦੇ ਨੇ ਕਿ ਇੱਕ ਵੱਛੀ ਲੰਘੇ ਵੀ ਤੰਦਰੁਸਤ ਨਹੀਂ ਹੁੰਦੇ। ਠੀਕ ਹੈ ਵੀ ਬਣ ਦਿਓ। ਲਓ ਜੀ ਹੁਣ ਤੁਹਾਨੂੰ ਮਾਲਕ ਕੋਲੋਂ ਲੈ ਕੇ ਦਿੰਦੇ ਹਾਂ ਇਹਦੀ ਮੁਕੰਮਲ ਡਿਟੇਲ। ਬੜੀਆਂ ਹੀ ਆਊਟਸਟੈਂਡਿੰਗ ਜਨਾਬ ਵੱਛੀਆਂ ਦੋਵੇਂ, ਬਹੁਤ ਖੂਬ। ਸਲਾਮ ਅਲੈਕਮ ਜੀ, ਭਾਈ ਸਾਹਿਬ ਕੀ ਹਾਲ ਜੀ? ਅਲਹਮਦੁਲਿਲਾ। ਮੌਲਵੀ ਸਾਹਿਬ ਆਪਣਾ ਨਾਮ ਦੱਸੋ ਪਹਿਲੇ ਕੈਮਰੇ 'ਚ। ਮੇਰਾ ਨਾਮ ਜੀ ਖਾਦਮ ਹੁਸੈਨ। ਖਾਦਮ ਹੁਸੈਨ, ਹਾਂਜੀ। ਅੱਛਾ ਵੀਰੇ, ਤੇਰੀ ਗਾਂ ਦਿਖਾਈ ਹੈ। ਹਾਂਜੀ ਮਾਸ਼ਾਅੱਲਾ, ਅੱਲਾਹ ਤਾਲਾ ਨੇ ਬੜੇ ਭਾਗ ਲਾਏ ਨੇ, ਦੋ ਵੱਛੀਆਂ। ਹਾਂਜੀ ਅੱਛਾ, ਤੁਸੀਂ ਐਕਸਪੈਕਟ ਕਰਦੇ ਪਏ ਸੀ ਵੀ ਪੇਟ ਪੂਟ ਤੋਂ ਦੋ ਵੱਛੀਆਂ ਹੋਣਗੀਆਂ? ਨਹੀਂ, ਰੂਟੀਨ ਨਾਲ ਢਿੱਡ ਵੱਡਾ ਸੀ ਤੇ ਉਹ ਨਾ ਵਪਾਰੀ ਆਉਂਦੇ ਸੀ, ਆਉਂਦੇ ਸੀ ਯਾਰ ਬੁੱਢੀ ਆ ਗਾਂ, ਢਿੱਡ ਵੱਡਾ ਹੈ। ਮੈਂ ਕਿਹਾ ਪੇਟ ਵੱਡਾ ਹੈ। ਅੱਛਾ ਅੱਛਾ ਅੱਛਾ, ਤੇ ਲੇਕਿਨ ਉਹ ਜਦੋਂ ਬਾਅਦ ਚ ਪਤਾ ਲੱਗਾ ਜੋ ਦੋ ਵੱਛੀਆਂ ਦਿੱਤੀਆਂ ਨੇ ਜੀ ਜੀ, ਤੇ ਹੁਣ ਆ ਗਏ, ਸਮਾਰਟ ਹੋ ਗਈ ਹੈ। ਹਾਂਜੀ ਸੋਹਣੀ ਮਾਸ਼ਾ ਆਪਣੀ ਘਰ ਦੀ ਹੈ। ਅੱਛਾ ਇਹ ਵੀਰੇ ਘਰ ਦੀ ਤੇਰੀ ਗਾਂ ਹੈ, ਸਾਨੂੰ ਵੀ ਇਸ ਗੱਲ ਦਾ ਪਤਾ ਹੈ। ਪਹਿਲੇ ਸਵੇ ਕਿੰਨਾ ਕੁ ਦੁੱਧ ਦਿੰਦੀ ਰਹੀ? ਪਹਿਲੇ ਸਵੇ ਜੀ 25 ਲੀਟਰ ਕਰਦੀ ਰਹੀ। 25 ਲੀਟਰ ਕਰਦੀ ਰਹੀ ਜੀ। ਤੇ ਕੱਲ ਕਿਸ ਟਾਈਮ ਸੂਈ? ਕੱਲ ਜੀ ਸੂਈ 2 ਵਜੇ। 2 ਵਜੇ ਸੂਈ? ਹਾਂਜੀ। ਮਾਂ ਮੂੰਹ ਤਾਂ ਮਾਸ਼ਾ ਤੁਹਾਡੇ ਸੁਣੇ ਤਸੂਰ ਹੈ। ਅੱਛਾ ਇਹ ਕਿੰਨਾ ਕੁ ਬੋਲਾ ਕੱਢਿਆ ਇਹਦੇ ਕੋਲ ਜੀ? ਤਕਰੀਬਨ ਤੋਲਿਆ ਨਹੀਂ ਸੀ ਅਸੀਂ, ਘਰੇ ਮਿਲਿਆ ਸੀ, ਲੇਕਿਨ 10-12 ਕਿਲੋ, 10-12 ਕਿਲੋ ਬੋਲਾ ਕੱਢਿਆ। ਤੇ ਅੱਗੇ ਹੁਣ ਕੱਤੇ ਪਾਏ ਦਾ ਜਿਵੇਂ ਕੋਈ ਸੰਭਾਲ ਲੈਗਾ? ਦੋ ਬੱਚੀਆਂ ਨੇ, ਇਹ ਕਿਸੇ ਸ਼ੌਕ ਵਾਲੇ ਨੂੰ ਲੈ ਕੇ ਜਾਣੀ? ਹਾਂਜੀ ਇਵੇਂ ਹੀ ਹੈ, ਬਿਲਕੁਲ ਜੀ। ਅੱਛਾ ਜੀ, ਛੱਟਾ ਫੁਆਰ ਜਿਹੜਾ ਕਿ ਮੈਂ ਨਹੀਂ ਆਇਆ, ਮੇਰੇ ਤੋਂ ਪਹਿਲੇ ਤੂੰ ਚੋਈ ਹੈ? ਨਹੀਂ ਜੀ, ਕੋਈ ਛੱਟਾ ਫੁਆਰ ਨਹੀਂ ਕਿਸੇ ਕਿਸਮ ਦਾ, ਜੋ ਚੁਆਈ ਸਾਹਮਣੇ ਆ ਜਾਣੀ, ਕੂੜ ਮਾਰਨ ਦਾ ਫਾਇਦਾ ਹੀ ਕੋਈ ਨਹੀਂ। ਇਹ ਮਤਲਬ ਤੇਰੀ ਗਰੰਟੀ? ਹਾਂਜੀ ਬਿਲਕੁਲ, ਹਰ ਸਾਫ ਸੁਥਰੇ ਹਰ ਮਨੋ। ਹਾਂਜੀ ਕਿਸੇ ਬੰਦੇ ਕੋਲ ਇੰਜੀ ਨਾ? ਹਾਂਜੀ ਆ ਵੀ, ਕਿਉਂਕਿ ਜੋ ਅਸੀਂ ਦਿਖਾਤਾ ਉਹ ਦਿਖਾਤਾ ਜਿਹੜਾ ਸਾਨੂੰ ਨਹੀਂ ਪਤਾ, ਬਿਲਿੰਗਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ। ਹਾਂ ਅੱਛਾ ਜੀ, ਇਹ ਲੋਕੇਸ਼ਨ ਜਨਾਬ ਇਸ ਵੀਡੀਓ ਦੀ ਤਹਿਸੀਲ ਜ਼ਿਲ੍ਹਾ ਪਾਕਪਤਨ 33 SP ਚੱਕ ਦੇ ਵਿੱਚ ਹਸਬੇ ਮਾਮੂਲ ਹੈ, ਗਾਏ ਖੜੀ ਹੈ, ਅਤੇ ਅੱਜ ਦੀ ਡੇਟ ਹੈਗੀ ਜੇ 6 ਆ ਜੀ। ਹਾਂਜੀ 6/12/2024। ਮੌਲਵੀ ਸਾਹਿਬ ਜੀ, ਗਾਂ ਤੁਹਾਡੀ ਸੋਹਣੀ ਹੈ, ਮੱਛੀਆਂ ਵੀ ਸੋਹਣੀਆਂ ਨੇ, ਬਹਰਾਲ ਬਿੱਲੀਆਂ ਨੂੰ ਪਸੰਦ ਉਹ ਗੱਲ ਆਉਣੀ ਹੈ, ਜੇ ਰੇਟ ਤੇਰਾ ਜੇ ਕੋਈ ਲੈ ਜਾਵੇ। ਠੀਕ ਹੋ ਗਿਆ, ਬਿਸਮਿਲ੍ਲਾ ਕਰਕੇ ਜਰਾ ਕੁਨਾ ਸਰ ਜੀ, ਇਹਦਾ ਰੇਟ ਆ ਜਿਹੜਾ ਨਾ ਪਿਆਰਾ ਰੇਟ ਸੋਹਣਾ, 5 ਲੱਖ ਰੇਟ ਕਰਨੇ ਆ ਜੀ ਜੀ।
ਲੇਕਿਨ ਇਹ ਆਪਾਂ ਸਵਾ ਪੰਜ ਤੋਂ ਘੱਟ ਵੇਚਣੀ ਨੇ, ਸਵਾ ਪੰਜ ਤੋਂ ਘੱਟ ਵੇਚਣੀ ਨੇ। ਅਗਰ ਕੋਈ ਬੰਦਾ ਮੇਰੇ ਕੋਲੋਂ ਪੰਜ ਛੁਡਾਵੇ ਕਹੇ ਯਾਰ ਨਹੀਂ ਆਉਂਦੀ ਤਾਂ ਵੀ ਨਹੀਂ ਵੇਚਣੀ? ਨਹੀਂ ਉਹ ਕਿਤੋਂ ਇਹਨਾਂ ਹਜ਼ਾਰ ਦੋ ਹਜ਼ਾਰ ਤੇਰੇ ਮੂੰਹ ਨੂੰ ਹਜ਼ਾਰ ਹੋ ਜਾਏਗਾ। ਅੱਛਾ ਸਾਡੇ ਮੂੰਹ ਹਜ਼ਾਰ ਹੋ ਜਾਏਗਾ। ਨਹੀਂ ਅਗਰ ਕੋਈ ਬੇਲੀ ਆਪਣੇ ਕੋਲੋਂ ਦੂਰ ਦਾ ਲੈ ਲੈਂਦਾ, ਹਾਂਜੀ ਮਤਲਬ ਪਿੰਡੀ ਵਾਸਤੇ ਗਾਏ ਡਨ ਹੋ ਗਈ ਜਿੱਥੇ ਵੀ ਹੋ ਗਈ, ਵਿੱਚੋਂ ਕਿਰਾਇਆ ਛੱਡ ਦੇਗਾ ਕੋਈ ਰਾਊਂਡ ਬਾਊਟ 20,000 ਹੀ ਬਣਨਾ, 20-25,000 20-25,000 ਤਾਂ ਫਿਰ ਤਾਂ ਪੰਜ ਹੀ ਰਹਿ ਗਿਆ ਨਾ। ਕੋਈ ਦੋਸਤੋ ਕੇ ਲਈ ਇੱਕ ਅਜੂਬਾ ਗਾਏ ਸਿਲੈਕਟ ਕੀ ਔਰ ਦਿਖਾਈ। ਬਹੁਤ ਸਾਰੇ ਮੇਰੇ ਦੋਸਤੋ ਕੇ ਯਹ ਖਾਸ਼ ਤਿਆਰ ਕੇ ਐਸੀ ਗਾਏ ਹੈ ਜੋ ਘਰੇਲੂ ਗਾਏ ਹੋ, ਤੋ ਘਰੇਲੂ ਆਦਮੀ ਆਪਣੇ ਦੇਖ ਲਈ ਹੈ ਨਾ ਕਿਤਨੇ ਯੇ ਸਖਤ ਹੋਤੇ ਹੈ। ਤੋ ਦੋ ਬਛੜੀਆਂ ਫ੍ਰੀਜ਼ਨ ਚੁਲਸਤਾਨ ਮੇ ਕਰਾਸ ਹੈ 20 ਲੀਟਰ ਸੇ ਜ਼ਿਆਦਾ, 25 ਲੀਟਰ ਬਲਕੇ ਬੋਲਾ ਉਹਨਾਂ ਨੇ। ਤੋ ਅਗਰ ਆਪ ਯੇ ਗਾਏ ਖਰੀਦਣਾ ਚਾਹਤੇ ਹਮਾਰਾ ਵਾਟਸਐਪ ਨੰਬਰ ਲੈ ਲੈ 0346-6152-628। ਨੈਕਸਟ ਵੀਡੀਓ ਮਿਲ ਲੈ, ਟਿਲ ਦੈਨ ਕੀਪ ਸਮਾਈਲਿੰਗ ਐਂਡ ਟੇਕ ਕੇਅਰ ਆਫ ਯੋਰਸੈਲਫ। ਪਾਕਿਸਤਾਨ ਜ਼ਿੰਦਾਬਾਦ।